ਗੁੱਡ ਮਾਰਨਿੰਗ ਸਟੱਡੀ ਸਪੋਰਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆ 30 ਸੈਪਟੈਂਬਰ ਤੇ ਅੱਜ ਦੇ ਲੈਕਚਰ ਦੀ ਸ਼ੁਰੂਆਤ ਆਪਾਂ ਇੰਪੋਰਟੈਂਟ ਨਿਊਜ਼ ਦੇ ਨਾਲ ਕਰਾਂਗੇ ਕਿਉਂਕਿ ਅੱਜ ਕੋਈ ਇੰਪੋਰਟੈਂਟ ਦਿਨ ਹੈ ਨਹੀਂ ਸੀ ਇਸ ਕਰਕੇ ਚਲੋ ਜੀ ਨਿਊਜ਼ ਦੇਖਦੇ ਹਾਂ 6 ਮੇਜਰ ਪ੍ਰੋਜੈਕਟ ਹੈ ਜਿਹੜੇ ਇਨੋਗ੍ਰੇਟ ਕੀਤੇ ਗਏ ਉਤਰਾਖੰਡ ਦੇ ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਜਿਹੜੇ ਹੈਗੇ ਆ ਇਹ ਐਨੋਗ੍ਰੇਟ ਕੀਤੇ ਗਏ ਆ ਅੰਡਰ ਨਮਾਮੀ ਗੰਗਾ ਮਿਸ਼ਨ ਜਿਹੜਾ ਹੈਗਾ ਇਹ ਇਹਦੇ ਅੰਡਰ ਆ ਜਿਹੜੇ 6 ਮੈਗਾ ਜਿਹੜੇ ਡਵੈਲਪਮੈਂਟ ਪ੍ਰੋਜੈਕਟ ਆ ਉਤਰਾਖੰਡ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਲਾਂਚ ਕੀਤੀ ਗਿਆ ਪਹਿਲਾਂ ਆਪਾਂ ਥੋੜਾ ਜਿਹਾ ਉਤਰਾਖੰਡ ਸਟੇਟ ਅਬਾਊਟ ਦੇਖ ਲੈਨੇ ਪਹਿਲਾਂ ਤਾਂ ਆਪਾਂ ਇਹਦੀ ਲੋਕੇਸ਼ਨ ਦੇਖਦੇ ਆ ਆ ਦੇਖੋ ਉਤਰਾਖੰਡ ਆ ਜਿਹੜਾ ਉਤਰਾਖੰਡ ਇੱਥੇ ਦੇਖਣ ਨੂੰ ਮਿਲਦਾ ਆਪਾਂ ਨੂੰ ਨਾਰਥ ਦੇ ਵਿੱਚ ਨਾਰਥ ਦੇ ਵਿੱਚ ਜਿਹੜਾ ਹੈਗਾ ਇਹ ਕਿਹਦੇ ਨਾਲ ਇੰਟਰਨੈਸ਼ਨਲ ਬਾਉਂਡਰੀ ਜਿਹੜੀ ਸ਼ੇਅਰ ਕਰਦਾ ਚਾਈਨਾ ਦੇ ਨਾਲ ਕਰਦਾ ਨੇਪਾਲ ਦੇ ਨਾਲ ਇੰਟਰਨੈਸ਼ਨਲ ਬਾਉਂਡਰੀ ਜਿਹੜੀ ਕੇ ਸ਼ੇਅਰ ਕਰਦਾ ਹੈ ਉਤਰਾ ਉੱਤਰ ਪ੍ਰਦੇਸ਼ ਦੇ ਨਾਲ ਲੱਗ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗ ਰਿਹਾ ਹੈ ਤੇ ਥੋੜਾ ਜਿਹਾ ਇੱਥੇ ਲੱਗ ਰਿਹਾ ਹੈ ਵੀ ਹਰਿਆਣਾ ਦੇ ਨਾਲ ਵੀ ਜਿਹੜੀ ਹੈਗੀ ਇਹਦੀ ਬਾਉਂਡਰੀ ਟੱਚ ਕਰ ਰਹੀ ਹੈ ਠੀਕ ਹੈ ਜੀ ਜਿਹੜੇ ਇੱਥੋਂ ਦੇ ਸੀਐਮ ਨੇ ਉਹ ਕੌਣ ਨੇ ਤਰਵਿੰਦਰ ਸਿੰਘ ਗਰਾਵਤ ਜੀ ਜਿਹੜੇ ਹੈਗੇ ਆ ਇੱਥੋਂ ਦੇ ਸੀਐਮ ਨੇ ਤੇ ਇੱਥੋਂ ਦੇ ਗਵਰਨਰ ਨੇ ਹੈਗੇ ਆ ਬੇਬੀ ਰਾਣੀ ਮੋਰੀਆ ਜੀ ਜਿਹੜੇ ਹੈਗੇ ਆ ਉੱਤਰਾਖੰਡ ਦੇ ਗਵਰਨਰ ਨੇ ਤੇ ਕੈਪੀਟਲ ਦੋ ਨੇ ਜਿਹੜੀ ਹੈਗੀ ਹੈ ਗੇਰਸੇਨ ਜਿਹੜੀ ਹੈਗੀ ਸਮਰ ਕੈਪੀਟਲ ਹੈ ਦਹਰਾਦੂਨ ਜਿਹੜੀ ਹੈਗੀ ਵਿంటర్ ਕੈਪੀਟਲ ਹੈ ਉੱਤਰਾਖੰਡ ਦੀ ਤੇ ਹੁਣ ਇਹ ਆਪਾਂ ਥੋੜਾ ਜਿਹਾ ਇਹ ਨਿਊਜ਼ ਜਿਹੜੀ ਇਹਦੇ ਬਾਰੇ ਦੇਖ ਲੈਨੇ ਜਿਹੜੇ ਇਹ 6 ਮੀਗਾ ਡਵੈਲਪਮੈਂਟ ਪ੍ਰੋਜੈਕਟ ਹੈ ਨਵਾਂ ਮਾਮੀ ਗੰਗਾ ਮਿਸ਼ਨ ਦੇ ਨਵਾਂ ਮਾਮੀ ਜਿਹੜੀ ਹੈਗੀ ਆ ਗੰਗਾ ਮਿਸ਼ਨ ਦੇ ਅੰਡਰ ਹੈ ਜਿਹੜੇ ਇਹ ਲਾਂਚ ਕੀਤੇ ਗਏ ਆ ਇਹਦੇ ਵਿੱਚ ਕੀ ਕਿਹਾ ਜਾ ਰਿਹਾ ਇੱਕ ਤਾਂ ਗੰਗਾ ਅਬਲੋਕਨ ਮਿਊਜ਼ੀਅਮ ਹੈ ਜਿਹੜਾ ਹਰਦਵਾਰ ਦੇ ਵਿੱਚ ਇਹ ਜਿਹੜਾ ਹੈਗਾ ਦੇਖਣ ਨੂੰ ਮਿਲੂਗਾ ਇਹਦਾ ਵੀ ਉਦਘਾਟਨ ਕੀਤਾ ਗਿਆ ਗੰਗਾ ਅਬਲੋਕਨ ਮਿਊਜ਼ੀਅਮ ਦਾ ਜਿਹੜਾ ਕਿ ਗੰਗਾ ਨਾਲ ਰਿਲੇਟਡ ਹੈ ਮਿਊਜ਼ੀਅਮ ਹਰਦਵਾਰ ਦੇ ਵਿੱਚ ਬਣਾਇਆ ਜਾਊਗਾ ਠੀਕ ਹੈ ਇੱਕ ਰਿਲੀਜ਼ ਵੀ ਕੀਤੀ ਗਿਆ ਬੁੱਕ ਵੀ ਰਿਲੀਜ਼ ਕੀਤੀ ਹੈ ਰੋਲਿੰਗ ਡਾਊਨ ਦਾ ਗੰਗਾ ਜਿਹੜੀ ਹੈਗੀ ਹੈ ਇਹ ਬੁੱਕ ਰਿਲੀਜ਼ ਕੀਤੀ ਹੈ ਜਿਹੜੀ ਕਿ ਕਲਚਰ ਫੇਅਰ ਤੇ ਹੈਰੀਟੇਜ ਦਾ ਜਿਹੜਾ ਸਿੰਬਲ ਹੈ ਇਹਦੇ ਬਾਊਟ ਜਿਹੜਾ ਹੈਗਾ ਗਿਆਨ ਦੇਊਗੀ ਇਹ ਵੀ ਹੈਗੀ ਹੈ ਇਸ ਮੌਕੇ ਬੁੱਕ ਰਿਲੀਜ਼ ਕੀਤੀ ਗਈ ਹੈ ਇਹ ਸੀਗੇ 6 ਮੇਜਰ ਜਿਹੜੇ ਗੰਗਾ ਪ੍ਰੋਜੈਕਟ ਗੰਗਾ ਨਾਲ ਰਿਲੇਟਡ ਜਿਹੜੇ ਪ੍ਰੋਜੈਕਟ ਨੇ ਠੀਕ ਹੈ ਇਹ ਉੱਤਰਾਖੰਡ ਦੇ ਵਿੱਚ ਜਿਹੜੇ ਹੈਗੇ ਐਨੋਗ੍ਰੇਟ ਕੀਤੇ ਗਏ ਮੋਦੀ ਜੀ ਦੁਆਰਾ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਹਾਂ ਅਗਲੀ ਨਿਊਜ਼ ਦੇ ਵਿੱਚ ਕੀ ਕਹਿ ਰਿਹਾ ਕਿਹਾ ਜਾ ਰਿਹਾ ਬੈਸਟ ਪਰ ਡੇਟ ਫਰੋਮ ਅਕਤੂਬਰ 1 ਜਿਹੜੀ ਹੈਗੀ ਆ ਮਠਿਆਈਆਂ ਨੇ ਉਹਨਾਂ ਉੱਪਰ ਕੀ ਕੀਤਾ ਜਾਊਗਾ 1 ਅਕਤੂਬਰ ਤੋਂ ਹੁਣ ਜਿਹੜੀਆਂ ਹੈਗੀਆਂ ਉਹਨਾਂ ਦੀ ਮੈਨੂਫੈਕਚਰ ਡੇਟ ਤੇ ਜਿਹੜੀ ਹੈਗੀਆਂ ਉਹਨਾਂ ਦੀ ਐਕਸਪਾਇਰੀ ਡੇਟ ਹੈਗੀ ਆ ਮੈਂਸ਼ਨ ਕਰਨੀ ਜ਼ਰੂਰੀ ਹੋ ਗਈ ਹੈ ਵੀ ਇਹ ਜਿਹੜੀ ਹੈਗੀ ਆ ਮਠਿਆਈ ਹੈ ਇਹ ਕਿੰਨੇ ਟਾਈਮ ਤੱਕ ਜਿਹੜੀ ਹੈਗੀ ਆ ਆਪਾਂ ਚਲਾ ਸਕਦੇ ਹਾਂ ਉਸ ਉੱਪਰ ਜਿਹੜੀ ਹੈਗੀ ਐਕਸਪਾਇਰੀ ਡੇਟ ਤੇ ਮੈਨੂਫੈਕਚਰ ਡੇਟ ਜਿਹੜੀ ਹੈਗੀ ਆ ਪਾਉਣੀ ਮੰਡੇਟਰੀ ਕਰ ਦਿੱਤੀ ਹੈ 1 ਅਕਤੂਬਰ ਤੋਂ ਇਹ ਸਾਰਿਆਂ ਲਈ ਜਿਹੜਾ ਹੈਗਾ ਲਾਗੂ ਕਰ ਦਿੱਤਾ ਜਾਊਗਾ ਜਿਹੜੀਆਂ ਹੈਗੀਆਂ ਮਠਿਆਈਆਂ ਇਹ ਸਭ ਦੀਆਂ ਫੇਵਰਿਟ ਹੁੰਦੀਆਂ ਮੇਰੀਆਂ ਵੀ ਬਹੁ ਅਤੇ ਇਹਦੇ ਨਾਲ ਰਿਲੇਟਡ ਜਿਹੜੀ ਨਿਊਜ਼ ਆ ਇਹ ਵੀ ਤੁਸੀਂ ਯਾਦ ਰੱਖਣੀ ਹੈ ਵੀ 1 ਅਕਤੂਬਰ ਤੋਂ ਜਿਹੜੀ ਹੈਗੀ ਹੈ ਮੈਨੂਫੈਕਚਰ ਤੇ ਐਕਸਪਾਇਰੀ ਡੇਟ ਇਹਨਾਂ ਉੱਪਰ ਪਾਉਣੀ ਮੰਡੇਟਰੀ ਕਰ ਦਿੱਤੀ ਹੈ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਅਗਲੀ ਨਿਊਜ਼ ਆ YSR ਕਾਲ ਜਾਲਾ ਕਾਲਾ ਸਕੀਮ ਹੈ ਜਿਹੜੀ 2020 ਇਹ ਕਿਹੜੀ ਸਟੇਟ ਦੇ ਵਿੱਚ ਜਿਹੜੀ ਹੈਗੀ ਲਾਂਚ ਕੀਤੀ ਗਈ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੀ ਹੈਗੀ ਹੈ ਲਾਂਚ ਕੀਤੀ ਗਈ ਹੈ ਪਹਿਲਾਂ ਥੋੜਾ ਜਿਹਾ ਆਂਧਰਾ ਪ੍ਰਦੇਸ਼ ਅਬਾਊਟ ਦੇਖ ਲੈਨੇ ਆਂਧਰਾ ਪ੍ਰਦੇਸ਼ ਆਪਾਂ ਨੂੰ ਇੰਡੀਆ ਦੇ ਸਾਊਥ ਵਿੱਚ ਦੇਖਣ ਨੂੰ ਮਿਲਦੀ ਹੈ ਆਰ ਆਈ ਆਂਧਰਾ ਪ੍ਰਦੇਸ਼ ਤੇ ਪਹਿਲਾਂ ਤਾਂ ਆਪਾਂ ਦੇਖ ਲੈਨੇ ਈਸਟਰਨ ਕੋਸਟਲ ਏਰੀਆ ਦੇ ਵਿੱਚ ਪੈਂਦਾ ਆਹਾ ਹੈਗਾ ਵੈਸਟਰਨ ਕੋਸਟਲ ਏਰੀਆ ਆਹਾ ਈਸਟਰਨ ਕੋਸਟਲ ਏਰੀਆ ਈਸਟਰਨ ਕੋਸਟਲ ਏਰੀਆ ਦੇ ਵਿੱਚ ਦੇਖ ਲੈਣੇ ਇਹਦੇ ਨਾਲ ਜਿਹੜੀਆਂ ਹੈਗੀਆਂ ਸਟੇਟਸ ਕਿਹੜੀਆਂ ਟੱਕੜੀਆਂ ਟੱਚ ਕਰਦੀਆਂ 오ਡੀਸਾ ਟੱਚ ਕਰ ਰਹੀ ਹੈ ਇੱਥੋਂ ਛਤੀਸਗੜ ਟੱਚ ਕਰ ਰਹੀ ਹੈ ਤੇਲੰਗਾਨਾ ਟੱਚ ਕਰ ਰਹੀ ਹੈ ਤੇ ਕਰਨਾਟਕਾ ਟੱਚ ਕਰ ਰਹੀ ਹੈ ਤੇ ਤਾਮਿਲਨਾਡੂ ਇਹ ਸਟੇਟਸ ਜਿਹੜੀਆਂ ਆਂਧਰਾ ਪ੍ਰਦੇਸ਼ ਨੂੰ ਟੱਚ ਕਰਦੀਆਂ ਨੇ ਠੀਕ ਹੈ ਇੱਥੋਂ ਦੇ ਸੀਐਮ ਕੌਣ ਨੇ ਯੀਐਸ ਜਗਮਨੂ ਮੋਹਨ ਰੈਡੀ ਜੀ ਜਿਹੜੇ ਹੈਗੇ ਐ ਇੱਥੋਂ ਦੇ ਸੀਐਮ ਨੇ ਗਵਰਨਰ ਇੱਥੋਂ ਦੇ ਕੌਣ ਨੇ ਵਿਸ਼ਵਾਪੂਸ਼ਣ ਹਰੀਚੰਦਨ ਜੀ ਜਿਹੜੇ ਹੈਗੇ ਐ ਇੱਥੋਂ ਦੇ ਗਵਰਨਰ ਨੇ ਤੇ ਤਿੰਨ ਕੈਪੀਟਲ ਨੇ ਇੱਥੋਂ ਦੀਆਂ ਵਿਸ਼ਾਖਾਪਟਨਮ ਅਮਰਾਵਤੀ ਕਰਨੂਲ ਜਿਹੜੀਆਂ ਹੈਗੀਆਂ ਤਿੰਨ ਸਟੇ ਆਪਾਂ ਨੂੰ ਇਹ ਸਟੇਟ ਦੀਆਂ ਸਟੇਟ ਦੀਆਂ ਕੈਪੀਟਲ ਦੇਖਣ ਨੂੰ ਮਿਲਦੀਆਂ ਆਂਧਰਾ ਪ੍ਰਦੇਸ਼ ਦੀਆਂ ਚਲੋ ਜੀ ਨਿਊਜ਼ ਤੇ ਚੱਲਦੇ ਆਂ ਨਿਊਜ਼ ਦੇ ਵਿੱਚ ਕੀ ਕਿਹਾ ਜਾ ਰਿਹਾ ਜਾਲਾ ਕਾਲਾ ਸਕੀਮ ਦੇ ਵਿੱਚ ਕੀ ਹੈ ਜਿਹੜੇ ਹੈਗੇ ਐ ਜਿਹੜੇ ਛੋਟਾ ਕਿਸਾਨ ਆ 2.5 ਇਕੜ ਤੋਂ ਲੈ ਕੇ 5 ਇਕੜ ਤੱਕ ਦੀ ਜਿਹਦੇ ਕੋਲ ਜ਼ਮੀਨ ਆ ਉਹਦੇ ਲਈ ਕੀ ਕੀਤਾ ਜਾਊਗਾ ਜਿਹੜੇ ਬੋਰਵੈਲ ਆ ਉਹਨਾਂ ਉਹ ਜਿਹੜੇ ਫਾਈਨੈਂਸ਼ੀਅਲੀ ਸਪੋਰਟ ਜਿਹੜੇ ਹੈਗੇ ਬੋਰਵੈਲ ਨੂੰ ਲਗਾਉਣ ਦੇ ਲਈ ਜਿਹੜੀ ਹੈਗੇ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ ਸਟੇਟ ਗਵਰਨਮੈਂਟ ਦੀ ਇਹ ਸਕੀਮ ਹੈ ਤੇ ਜਿਹੜਾ ਹੈਗਾ ਇਹ ਛੋਟੇ ਕਿਸਾਨ ਲਈ ਜਿਹੜੀ ਹੈਗੀ ਹੈ ਇਹ ਸਕੀਮ ਹੈ ਇਹਦੇ ਵਿੱਚ ਜਿਹੜੇ ਹੈਗੇ ਜਿਵੇਂ ਆਪਾਂ ਕਹਿ ਦਈਏ ਮੋਟਰ ਹੈ ਜਿਹੜੀ ਹੈਗੀ ਆ ਬੋਰਵੈਲ ਆ ਉਹਦੇ ਲਈ ਜਿਹੜੀ ਹੈਗੀ ਆ ਸਿੰਚਾਈ ਦੇ ਪ੍ਰਬੰਧ ਲਈ ਜਿਹੜੇ ਹੈਗੇ ਖੇਤਾਂ ਨੂੰ ਵਧੀਆ ਸਿੰਚਾਈ ਦਾ ਪ੍ਰਬੰਧ ਜਿੰਨਾਂ ਕੋਲ ਹੈ ਨਹੀਂ ਛੋਟੇ ਕਿਸਾਨਾਂ ਕੋਲੇ ਉਨਾਂ ਲਈ ਜਿਹੜੀ ਹੈਗੀ ਇਹ ਸਕੀਮ ਜਿਹੜੀ ਹੈਗੀ ਆ ਲਾਂਚ ਕੀਤੀ ਗਈ ਆ ਉਥੋਂ ਦੇ ਸੀਐਮ ਦੁਆਰਾ ਤੁਹਾਨੂੰ ਪਤਾ ਵੀ ਵਾਈਐਸਆਰ ਜਿੱਥੇ ਲੱਗਿਆ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਿਹਾ ਸੀ ਦੱਸਿਆ ਸੀ ਵੀ ਉਹ ਦਾ ਜਿਹੜਾ ਹੈਗਾ ਆਨਸਰ ਜੇ ਪੁੱਛਿਆ ਗਿਆ ਵੀ ਕਿਹੜੀ ਸਟੇਟ ਦੇ ਨਾਲ ਰਿਲੇਟਡ ਹੈ ਇਹ ਸਕੀਮ ਹੈ ਤਾਂ ਉਹ ਆਂਧਰਾ ਪ੍ਰਦੇਸ਼ ਦੇ ਨਾਲ ਹੀ ਹੋਊਗੀ ਵਾਈਐਸਆਰ ਜਿਵੇਂ ਕਿ ਇਹ ਵਾਈਐਸਆਰ ਜਿਹੜੀ ਜਿਹੜੀ ਇਹ ਵਾਈਐਸਆਰ ਜਾਲਾ ਕਾਲਾ ਸਕੀਮ ਹੈ ਇਹ ਇੱਕ ਜਿਹੜੀ ਸਕੀਮ ਹੈ ਇਹ ਵਾਈਐਸਆਰ ਰਾਇਤੂ ਬਰੋਸਾ ਸਕੀਮ ਦਾ ਹੀ ਇੱਕ ਜਿਹੜਾ ਹੈਗਾ ਪਾਰਟ ਹੈ ਇਹ ਵੀ ਜਿਹੜੀ ਹੈਗੀ ਸਕੀਮ ਆਂਧਰਾ ਪ੍ਰਦੇਸ਼ ਦੀ ਹੈ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਅਗਲੀ ਨਿਊਜ਼ ਆ ਬ੍ਰਾਂਡ ਬੈਸਟਰ ਆਫ ਵਿਦਾਂਤੂ ਵਿਦਾਂਤੂ ਇੱਕ ਪਲੇਟਫਾਰਮ ਆ ਲਰਨਿੰਗ ਪਲੇਟਫਾਰਮ ਆ ਸਟੂਡੈਂਟ ਦਾ ਜਿਹੜੇ ਕਿ ਬ੍ਰਾਂਡ ਬੈਸਟਰ ਕੌਣ ਬਣੇ ਨੇ ਆਮਰ ਖਾਨ ਜੀ ਉੱਥੋਂ ਦੇ ਬ੍ਰਾਂਡ ਬੈਸਟਰ ਬਣੇ ਠੀਕ ਆ ਇਹ ਸਦੀ ਸ਼ਾਰਟ ਨਿਊਜ਼ ਇਹ ਵੀ ਯਾਦ ਰੱਖਣੀ ਆ ਚਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਅਗਲੀ ਨਿਊਜ਼ ਦੇ ਵਿੱਚ ਕੀ ਕਹਿ ਰਹੇ ਆ ਚਾਈਨਾ ਨੇ ਲਾਂਚ ਕੀਤਾ ਹਯਾਂਗ ਓਸ਼ਨੋਗ੍ਰਾਫੀ ਜਿਹੜਾ ਹੈਗਾ ਸੈਟਲਾਈਟ ਜਿਹੜਾ ਹੈਗਾ ਲਾਂਚ ਕੀਤਾ ਇਹ ਕੀ ਕਰੂਗਾ ਇਹ ਜਿਹੜੇ ਸਮੁੰਦਰ ਨੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਆਬਜ਼ਰਵ ਕਰੂਗਾ ਇਦਾਂ ਤਾਂ ਨਹੀਂ ਮੈਂਸ਼ਨ ਕੀਤਾ ਗਿਆ ਵੀ ਕਿਹੜੇ ਓਸ਼ਨ ਨੂੰ ਜਿਹੜਾ ਹੈਗਾ ਇਹ ਅਬਜ਼ਰਵ ਕਰੂਗਾ ਇਹ ਜਿਹੜਾ ਹੈਗਾ ਸੈਟਲਾਈਟ ਚਾਈਨਾ ਦੁਆਰਾ ਜਿਹੜਾ ਹੈਗਾ ਲਾਂਚ ਕੀਤਾ ਗਿਆ ਇਹ ਯਾਦ ਰੱਖਣਾ ਹਿਆਂਗ 2C ਹੈ ਜਿਹੜਾ ਇਹ ਚਾਈਨਾ ਦੁਆਰਾ ਜਿਹੜਾ ਹੈਗਾ ਸੈਟਲਾਈਟ ਲਾਂਚ ਕੀਤਾ ਗਿਆ ਇਹ ਸੀ ਅੱਜ ਦਾ ਲੈਕਚਰ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਜੇ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਜੇ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਉਸ ਦਾ ਤਾਂ ਤੁਸੀਂ ਜਾ ਕੇ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਲਿੰਕ ਟੈਲੀਗ੍ਰam ਦਾ ਦੇ ਦਿੱਤਾ ਗਿਆ ਉੱਥੋਂ ਜਾ ਕੇ ਤੁਸੀਂ ਇਹਦਾ ਜਿਹੜਾ ਹੈਗਾ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਜੇ ਤੁਸੀਂ ਮੈਨੂੰ ਫੇਸਬੁੱਕ ਤੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਉਹਦਾ ਵੀ ਡਿਸਕ੍ਰਿਪਸ਼ਨ ਦੇ ਵਿੱਚ ਪੇਜ ਦਾ ਲਿੰਕ ਜਿਹੜਾ ਹੈਗਾ ਐਫਬੀ ਪੇਜ ਦਾ ਲਿੰਕ ਦਿੱਤਾ ਹੋਇਆ ਤਾਂ ਤੁਸੀਂ ਮੈਨੂੰ ਜਾ ਕੇ ਉੱਥੇ ਵੀ ਜਿਹੜਾ ਹੈਗਾ ਜੁਆਇਨ ਕਰ ਸਕਦੇ ਹੋ ਥੈਂਕ ਯੂ